ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 5 ਮਿੰਟ ਦੇ ਵਿੱਚ ਤੁਹਾਨੂੰ 2 ਜਾਂ 3 ਗੱਲਾਂ ਮੈਂ ਕਰਾਂਗਾ ਔਰ ਇਹ ਵੀ ਮੈਂ ਆਖਾਂਗਾ ਕਿ ਗੁਰੂ ਕੇ ਪਿਆਰਿਆਂ ਨੇ ਅਜੇ ਤੱਕ ਉਹਨਾਂ ਗੱਲਾਂ ਵੱਲ ਬਿਲਕੁਲ ਹੀ ਧਿਆਨ ਕਦੀ ਨਹੀਂ ਦਿੱਤਾ। ਵਿਸ਼ਾ ਹੈ ਕਿ ਗੁਰੂ ਨਾਨਕ ਸਾਹਿਬ ਜੇਕਰ ਇੱਕ ਇਤਿਹਾਸਕ ਸਮੇਂ ਦੇ ਵਿੱਚ ਇਤਿਹਾਸਕ ਥਾਂ ਉੱਤੇ ਬਖਸ਼ਿਸ਼ ਰੂਪ ਵਿੱਚ ਪ੍ਰਾਪਤ ਹੋਏ ਸੰਸਾਰ ਨੂੰ ਅਤੇ ਸੰਸਾਰ ਨੇ ਉਹਨਾਂ ਦੀ ਇਸ ਇਤਿਹਾਸਕ ਐਕੂਰੇਸੀ ਨੂੰ ਕਿੰਨਾ ਕੁ ਬਣਾਉਣ ਵਿੱਚ ਮਿਹਨਤ ਕੀਤੀ ਹੈ, ਕਿੰਨਾ ਚ ਬਣਾਉਣ 'ਚ ਉਹਨਾਂ ਨੇ ਕਸ਼ਟ ਕੀਤਾ, ਕਿਉਂਕਿ ਅੱਜ ਕੱਲ੍ਹ ਇਤਿਹਾਸਕ ਨੁਕਤੇ ਨਿਗਾਹ ਤੋਂ ਬੜੇ ਹੀ ਕਿੰਤੂ ਪਰੰਤੂ ਹੋ ਰਹੇ ਨੇ। ਵਿਸ਼ੇ ਵਸਤੂ ਤਾਂ ਹੋ ਰਹੇ ਨੇ ਲੇਕਿਨ ਇਹ ਪਰ ਮੈਂ 2 ਬੇਨਤੀਆਂ ਕਰਦਾ ਸਿਰਫ, ਇੱਕ ਤਾਂ ਬਾਣੀ ਦੇ ਨੁਕਤੇ ਤੋਂ ਵਿਚਾਰ ਚਿੰਤਨ, ਦੂਸਰਾ ਹੈ ਇਤਿਹਾਸਕ। ਪਹਿਲਾਂ ਇਤਿਹਾਸਕ ਤੋਂ ਸ਼ੁਰੂ ਕਰੀਏ, ਇਸ ਲਈ ਕਿ ਅਸੀਂ ਅਜੇ ਇਤਿਹਾਸ ਦੀ ਹਕੂਮਤ ਵਿੱਚ ਹਾਂ, ਅਸੀਂ ਇਤਿਹਾਸ ਦੇ ਗੁਲਾਮ ਹਾਂ। ਆਜ਼ਾਦੀ ਉਦੋਂ ਮਿਲਦੀ ਹੈ ਇਤਿਹਾਸ ਜਦੋਂ ਉਨਮਨ ਅਵਸਥਾ 'ਚ ਜਾਈਦਾ। ਇਹ ਮਨ ਲੇ ਜੋ ਉਨਮਨ ਰਹਿ ਤੋ ਤੀਨ ਲੋਕੀ ਬਾਤੇ ਕਰੈ, ਇਤਿਹਾਸ ਤੋਂ ਪਰੇ ਜਾਣ ਦੀ ਪ੍ਰਾਪਤੀ ਹੈ। ਸਾਰੇ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਇੱਥੇ ਗਏ, ਇੱਥੇ ਗਏ, ਇੱਥੇ ਗਏ, ਲਿਖਤਾਂ ਵਿੱਚ ਵੀ ਹੈ, ਸਭ ਕੁਛ ਹੈ, ਕਿੰਤੂ ਪਰੰਤੂ ਵੀ ਉਹਦੇ 'ਤੇ ਹੁੰਦਾ ਰਿਹਾ। ਪਰ ਕਿਸੇ ਨੇ ਕੋਸ਼ਿਸ਼ ਕੀਤੀ ਹੈ ਕਿ ਉਹ ਤੱਥ ਲੱਭੀਏ ਜਿਹੜੇ ਇੰਨੇ 100 ਸਾਲ ਪਹਿਲਾਂ ਜਾਂ ਇੰਨੇ ਸੈਂਕੜੇ ਸਾਲ ਪਹਿਲਾਂ ਜਾਂ ਇੰਨੇ ਸਾਲ ਪਹਿਲਾਂ ਲੱਭੇ ਗਏ ਸਨ ਪਰ ਅਜੇ ਤੱਕ ਉਹ ਹਨੇਰੇ 'ਚ ਛੁੱਪੇ ਹੋਏ ਨੇ। ਗੁਰੂ ਨਾਨਕ ਸਾਹਿਬ ਦੇ ਈਰਾਨ, ਮੱਕੇ, ਮਦੀਨੇ ਵਗੈਰਾ ਵਗੈਰਾ ਥਾਵਾਂ ਦੇ ਜਿਹੜੇ ਉਹਨਾਂ ਦਾ ਯਾਤਰਾ ਹੈ ਜਾਂ ਜੋ ਵੀ ਚੋ ਕਹੋ ਗਏ ਸਨ, ਗੁਰੂ ਨਾਨਕ ਸਾਹਿਬ ਇਕੱਲੇ ਨਹੀਂ ਸੀ ਆਉਂਦੇ। ਗੁਰੂ ਨਾਨਕ ਸਾਹਿਬ ਦੇ ਨਾਲ ਰਸਤਿਓਂ ਮਿਲਣ ਵਾਲੇ, ਇੱਥੋਂ ਤੁਰਨ ਵਾਲੇ ਹੁੰਦੇ ਸਨ। ਉਹਨਾਂ 'ਚ ਸਭ ਤੋਂ ਬੜੀ ਮਿਸਾਲ ਹੈ ਰਸਤਿਓਂ, ਜੋ ਪੰਜਾਬ ਸਾਹਿਬ ਦੇ ਨੇੜੇ ਇੱਕ ਜ਼ਿਆਰਤ ਹੈ ਗੋਲੜ, ਉੱਥੇ ਦੇ ਪੀਰਾਂ ਨੇ ਪੀਰ ਜੋਗੀ ਸਨ, ਉਹ ਇੱਕ ਤੁਰ ਪਿਆ ਗੁਰੂ ਨਾਨਕ ਸਾਹਿਬ ਦੇ ਨਾਲ। ਉਹਨਾਂ ਦੀ ਸੰਤਾਨ ਦੇ ਵਿੱਚੋਂ ਹੀ ਭਾਈ ਸਾਹਿਬ ਭਾਈ ਸ਼ੇਰ ਸਿੰਘ, ਆਤਮ ਦਰਸ਼ਨ, ਵਾਹਿਗੁਰੂ ਦਰਸ਼ਨ ਉਹਨਾਂ ਦੀ ਸੰਤਾਨ ਸਨ। ਇਵੇਂ ਹੀ ਜਦੋਂ ਗੁਰੂ ਨਾਨਕ ਸਾਹਿਬ ਮੱਕੇ ਮਦੀਨੇ ਜਾ ਰਹੇ, ਬਾਲਾ ਮਰਦਾਨਾ ਤਾਂ ਹੈਗੇ ਸੀਗੇ ਔਰ ਜ਼ਿਕਰ ਆਉਂਦਾ ਬਾਲਾ ਔਰ ਮਰਦਾਨਾ ਦੋਨੋਂ ਸਨ ਉਹਨਾਂ ਲਿਖਤਾਂ 'ਚ, ਜਿਨ੍ਹਾਂ ਦਾ ਲੈਣਾ ਦੇਣਾ ਸਾਡੇ ਸਨਾਤਨੀ ਸਾਹਿਤ ਵਿੱਚ ਨਹੀਂ ਹੈ, ਜਿਸ ਤਰ੍ਹਾਂ ਆਮ ਤੌਰ 'ਤੇ ਅਸੀਂ ਉਲੇਖ ਕਰਦੇ ਹਾਂ। ਅਤੇ ਉਹ ਵਿਅਕਤੀ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਖਾਸ ਮਿੱਥੀ, ਜਿਹਦਾ ਮੈਂ ਜ਼ਿਕਰ ਬਾਤ ਕਰਾਂਗਾ, ਡੇਟ ਵੀ ਲਿਖੀ ਹੋਈ ਹੈ ਹਿਜਰੀ, ਮਾਈਨਸ ਕਰਾਂਗੇ ਕਿ ਈਸਵੀ ਸੰਮਤ ਆ ਜਾਏਗਾ, ਮਾਈਨਸ ਕਰਕੇ ਪਤਾ ਲੱਗਾ ਕਿ 1502 ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਪੱਛਮ ਦੀ ਯਾਤਰਾ ਆਰੰਭ ਕੀਤੀ। ਤੋ 1502 ਤੋਂ ਲੈ ਕੇ 4-5 ਤੱਕ ਗੁਰੂ ਨਾਨਕ ਸਾਹਿਬ 2-2.5 ਸਾਲ 'ਚ ਮੱਕੇ ਮਦੀਨੇ ਦੀ ਯਾਤਰਾ ਪੂਰੀ ਕਰਕੇ ਹੋਰ ਪਾਸੇ ਗਏ, ਜ਼ਿਕਰ ਹੈ ਕਿਹੜੇ ਕਿਹੜੇ ਪਾਸੇ ਗਏ। ਤੋ ਇਹ ਕਿਸਨੇ ਲਿਆਂਦਾ? ਸਭ ਤੋਂ ਪਹਿਲਾਂ ਲਿਖ ਜਿਹੜਾ ਗੁਰੂ ਨਾਨਕ ਸਾਹਿਬ ਨਾਲ ਸੀ ਉਹਦਾ ਨਾਂ ਸੀ ਤਾਜੁੱਦੀਨ। ਉਹ ਈਰਾਨ ਜਦੋਂ ਗੁਰੂ ਸਾਹਿਬ ਕਾਬਲ ਤੋਂ ਈਰਾਨ ਪਹੁੰਚੇ, ਕਈ ਲੋਕ ਸਮੁੰਦਰੀ ਸਫ਼ਰ ਕਰਵਾਉਂਦੇ ਨੇ ਗੁਰੂ ਨਾਨਕ ਸਾਹਿਬ ਤੋਂ। ਸਮੁੰਦਰੀ ਸਫ਼ਰ 1507 ਤੋਂ ਬਾਅਦ ਹੁੰਦਾ। ਪਹਿਲਾ ਸਫ਼ਰ ਗੁਰੂ ਸਾਹਿਬ ਦਾ ਮੁਨਾਫਕਾਂ ਦੇ ਦੇਸ਼ 'ਚ ਸੀ, ਉਹ ਇੱਧਰੋਂ ਸੀ, ਇੱਥੇ ਕਾਬਲ ਵੱਲੋਂ ਸੀ, ਧਰਤੀ ਦਾ ਸੀਗਾ। ਉਸ ਵਿੱਚ ਤਾਜੁੱਦੀਨ, ਇੰਦਲਾਸ ਦਾ ਰਹਿਣ ਵਾਲਾ ਤਾਜੁੱਦੀਨ ਨਾਲ ਤੁਰ ਪਿਆ, ਹੋਰ ਵੀ ਨਾਲ ਸਨ। ਅਤੇ ਮੱਕੇ ਮਦੀਨੇ ਜੋ ਕੁਝ ਵਾਪਰਿਆ, ਇੱਕ ਇੱਕ ਸੈਕਿੰਡ ਦੇ ਹਾਲਾਤ ਉਹ ਆਪਣੇ ਸਫ਼ਰਨਾਮੇ 'ਚ ਲਿਖਦਾ। ਉਹਦਾ ਨਾਂ ਸਿਆਹਤੋ ਬਾਬਾ ਨਾਨਕ ਫਕੀਰ, ਸਫ਼ਰਨਾਮਾ। ਔਰ ਉਹਨੇ ਉਹ 1509 ਦੇ ਵਿੱਚ ਮੱਕੀ ਮਦੀਨੇ ਦੀ ਲਾਇਬ੍ਰੇਰੀ 'ਚ ਪੇਟ ਕਰਕੇ ਆ ਗਿਆ, ਉਹਦੀ ਕਾਪੀ ਵੀ ਨਾਲ ਲਿਆਇਆ। ਉਹ ਫਿਰ ਇੱਧਰ ਆਇਆ, ਲੇਕਿਨ ਜੋ ਉਹਨੇ ਹਸ਼ਰ ਦਿੱਤਾ ਰੁਕਨਦੀਨ ਦਾ ਉੱਥੇ ਦੇਖਿਆ ਕਾਬੇ 'ਚ, ਉਹ ਕੰਨ ਫੜ ਲਏ ਔਰ ਨੌਰਦਰਨ ਇੰਡੀਆ ਵਿੱਚ ਨਹੀਂ ਆਇਆ ਕਿ ਮੇਰਾ ਹੀ ਹੱਲ ਕਰਨਗੇ। ਉਹ ਮੈਂ ਦੱਸ ਨਹੀਂ ਸਕਦਾ ਕਿ ਰੁਕਨਦੀਨ ਦਾ ਕੀ ਹਾਲ ਹੋਇਆ। ਅਤੇ ਉਹ ਸਾਊਥ 'ਚ ਦੱਕਣ ਦੇ ਨੇੜੇ ਆਬਾਦ ਹੋ ਗਿਆ, ਉਹਦੀ ਮਰਿਆ ਉੱਥੇ, ਉਹਦੀ ਕਬਰ
बड़ी मुश्किल सानू लभी उहदी। तो ताजुद्दीन ने सियाह तो बाबा नानक फकीर दा लिख के उत्थे मदीने रख आया। लेकिन 31 दे विच जदों गुरद्वारा मीरपुर दा साड़िया गया, सईदा ने साड़िया बाबा सुंदर सिंह होरां दा, ते उत्थे बड़े प्यार करदे लंगर छकण वाले सन, पढ़न वाले बच्चे सन, मुसलमानां दे वी सी। उहदे मुश्ताक हुसैन नूं बड़ा दुख होया, जिसका नाम बाद विच सैयद पृथ्वीपाल सिंह बनिया। ये विस्तार च मैं नहीं दसदा, बड़ा लंबा विस्तार है। उन्हें दुख होया कि जिथे असी पढ़ते सी लंगर छकते सी, सारे मेरे प्यो ने, पीर ने, मेरे दादे ने, वो साड़ के सुआह करता। वो फिर दुखी हो गए, रिएक्ट करके छड़ गया। समझ लंबी कहानी है, लेकिन वो जो प्यो ने कहा चल इतने सानू मार देंगे, चल तू बागी हो गया। बाकी कहता है कि गुरु नानक साहब के जपजी साहब के कलाम के सामने सारे कलाम कोई नहीं खड़ सकता। फिर कहना जे तो फिर चल अगे चलीए। तो मुश्ताक हुसैन प्यो दे नाल मक्के मदीने गया ताकि अगली स्टडी करे। प्यो का लग गया जाप च, वो मदीने गया। मदीने की लाइब्रेरी चो पढ़ रहा सी अरबी फारसी दे, उन्हें खरड़ा मिल गया, नानक नानक का नाँ आ रहा सी। कहने नानक तो साढ़े पंजाब दे ने। उस मदीने की उसने फिर कापी कर ली, कापी करके प्यो नूं आख्या ये देख एक एक पल का जिक्र है, तो झूठ बोलते हैं सलाम वाले। गुरु नानक साहब जी कहना जवाब किवें देने ने विस्तार। ये सईद प्रतिपाल सिंह जो मुश्ताक हुसैन से प्यो नूं कहना चल इंडिया चली, वापस आए। किवें उन्हें अमृत छकिया लाहौर दे विच, जथेदार बाबा डेरा बाबा साहब दे, ये बड़ी चंगी विस्तार है। तो उसने वो 1931 दे विच वो खरड़ा लियांदा। दुख की गल है कि उहदे वारसा ने इंग्लैंड च रहिंदे ने बेदी प्रीपी सिंह प्रतिपाल सिंह वगैरह, वह नहीं छाप सके, डरदे सी सानू मुसलमान मार देणगे कि मक्के मदीने गुरु नानक साहब दे क्वेश्चन कीते ने। लेकिन वो खरड़े की कापी, फोटो कापी वगैरह वगैरह और टाइप करके मैं उन्होंने कापी दी सी, लैओ इंग्लैंड छापो। उहदी कापी एक फोटो कापी मेरे कोल है, समान तुसीं छापांगे। वह हिस्टोरीकल फैक्ट है कि कहड़ी डेट नूं गुरु नानक साहब कित्थों चले कित्थे पहुँचे। लेकिन पूर्व पछम पुत्र दखण दी इतिहास नहीं है, हिस्टोरीकल वेरीफिकेशन नहीं मिलती, ये जनरलाइजेशन है। ये तो हो गए हिस्टोरीकल फैक्ट। हुण बाणी वाल आने, बाणी का व्याकरण जाणन तो बिना बयानी की व्याख्या करनी बड़ी दुख की गल है। सिर्फ एको गल तुहानू दसदा, एक लफज, एक दज है एक दबीए, एक नी कुत्ते खाहे, एक पाणी विच उसटीए एक पी फिर हसण पाहे। सिर झुकदा गुरु नानक साहब के सामने, हे गुरु नानक साहब तेनू इन्नी अजमत किवें प्राप्त हुई अकाल पुरख तो। ते हसण शब्द की जी एटमोलॉजी जो मैं करनी शुरू की 88 to 89 जो निरुक्त श्री गुरु ग्रंथ साहब तैयार कर रहा देहरादून, उतों पता लगा कि साढ़े चिंतक व्याकरण तो बगैर गलत व्याख्या करते रहे। ईड़ी सियारी का किन सियारी मतलब पलूरल है, एक ऐसे धिर है, एक ऐसे व्यक्ति ने, एक दजा जड़े साड़े जाते हैं, ये पैसे वाइस है, एक दजा एक दबिए दबाए जाते हैं, एक ने कुत्ते खाए जिन्हों की डिस्पोज ऑफ डॉडी डिस्पोज ऑफ कुत्ते ने हवाले करना, एक पी फिर हसन पाए। 6 महीने लगे इस लाइन दे अर्थ करने वास्ते। अखीर जाके पता लगा कि हसन जड़ा है ये अस्तोदन तो बनया है। अस्तोदन किसका लफज सी, ए पारसियां का लफ्ज़ सी, ईरान का सी। और पारसियां की जैंद अवस्था जो मैं पढ़ी, तो जो गाथा वह सैकंड पार्ट है उत्थे गाथा अस्तोदन आया, तो जो अस्तोदन आया तो मैं समझ गया अस्तोदन का संस्कृत बना अस्थि दानम, तो अस्थि साढ़े बुजुर्ग अस्थि को हस्ती कह देने ने, हस्तियां का दान, यह है हसण, एक क्रिया नहीं है, क्योंकि सियारी कहती है नाउन है, यह संज्ञा है। तो इस शब्द से 6 महीने लगे, तो जो 6 महीने लग के भाई वीर सिंह ने भरा डॉक्टर बलबीर सिंह कहा कि मैं कहा जी ये लफज़ दे एटमोलॉजी, बलबीर सिंह कहते हिम्मत सिंह 500 साल तो चख असी मारते रहे, वो तो आसमान गिर गए, लेकिन सानू केस फड़ के लै गया कोई आसमान चाह, यह है शब्द न्यूरोन्स। केस की है न्यूरोन्स, अनुभवी लोग जाने न्यूरोन्स किनू आखते ने, अनुभव पद पायो नाम अमृत रस तो बाद शब्द सुरत लिव नाल जो जुड़ती है, साढ़े जो पंच कोश खुलते हैं फिर अजमत पता लगदियाँ हैं कि शब्द सुरत लुभ कि कहने ने। नाम अमृत रस का रसी हर कोई है, जोड़े धरती नाल जुड़े जिन्होंने स्वाद लेना है संगीत का फल का फुल का, वो नाम अमृत रस जुड़े है। लेकिन जोड़ा आकाश पीस पीस होकर एक शरीर के पांच शरीर हो गए वो पीस पीस होकर जाता है, उन्होंने कहना शब्द सुरत लिव। सो इतने फतेह बुलाना, वाहेगुरू जी का खालसा,
ਵਾਹਿਗੁਰੂ ਜੀ ਕੀ ਫਤਿਹ।